ਗੁੱਡ ਮਾਰਨਿੰਗ ਐਵਰੀਵਨ, ਸਤਿ ਸ਼੍ਰੀ ਅਕਾਲ, ਆਦਾਬ। ਅੱਜ ਅਸੀਂ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਅੱਜ ਅਸੀਂ ਵੈਨ ਡਾਇਗ੍ਰਾਮਸ ਦੀ ਟਾਈਪ ਨੰਬਰ 5 ਲੈ ਕੇ ਆਏ ਹਾਂ। ਹੈ ਕਿ ਟਾਈਪ 5, ਆਓ ਦੇਖਦੇ ਹਾਂ। ਤਾਂ ਵੈਨ ਡਾਇਗ੍ਰਾਮ ਟਾਈਪ ਨੰਬਰ 5 ਕੀ ਹੈ? ਆਲ ਆਲ ਸਮ, ਮਤਲਬ ਸਮਝਦੇ ਹਾਂ ਇਹਨੂੰ ਇੱਕ ਐਗਜ਼ਾਮਪਲ ਨਾਲ। ਤਾਂ ਸ਼ੁਰੂ ਕਰਦੇ ਹਾਂ। ਐਗਜ਼ਾਮਪਲ ਹੈਗੀ ਹੈ, ਇੱਕ ਨੰਬਰ ਤੇ ਹੈਗਾ ਮਦਰਸ, ਦੋ ਨੰਬਰ ਤੇ ਹੈਗਾ ਵਿਡੋ, ਤੇ ਤਿੰਨ ਨੰਬਰ ਤੇ ਹੈਗਾ ਵਿਮੈਨ। ਮਦਰਸ, ਵਿਡੋ ਤੇ ਵਿਮੈਨ। ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਵੈਨ ਡਾਇਗ੍ਰਾਮ ਕ੍ਰੀਏਟ ਕਰਦੇ ਹਾਂ, ਫਿਰ ਦੇਖਦੇ ਕਿ ਜੋ ਐਗਜ਼ਾਮਪਲ ਦਿੱਤੀ ਹੈ ਕੀ ਉਹ ਬਿਲਕੁਲ ਫਿੱਟ ਬੈਠਦੀ ਹੈ ਕਿ ਨਹੀਂ। ਤਾਂ ਆਓ, ਮਦਰਸ ਲਈ ਇੱਕ ਸਰਕਲ ਬਣਾਇਆ ਇੱਕ ਨੰਬਰ ਦਾ, ਠੀਕ ਹੈ ਜੀ, ਇਹਨੂੰ ਨਾਮ ਦਿੱਤਾ ਇੱਕ ਨੰਬਰ। ਦੂਜੇ ਨੰਬਰ ਤੇ ਵਿਡੋਜ਼ ਹੈ। ਹੁਣ ਤੁਸੀਂ ਮੈਨੂੰ ਦੱਸੋ, ਦੁਨੀਆਂ ਵਿੱਚ ਜਿਹੜੀਆਂ ਸਾਰੀਆਂ ਮਾਂ ਹੁੰਦੀਆਂ, ਮਦਰਸ ਹੁੰਦੀਆਂ, ਕਿ ਉਹ ਸਾਰੀਆਂ ਵਿਡੋਜ਼ ਹੁੰਦੀਆਂ? ਵਿਡੋ ਦਾ ਮਤਲਬ ਹੁੰਦਾ ਇੱਕ ਔਰਤ, ਇੱਕ ਲੇਡੀ ਜਿੰਦਾ ਪਤੀ ਜਾਂ ਜਿਸਦੇ ਹਸਬੈਂਡ ਦੀ ਡੈਥ ਹੋ ਚੁੱਕੀ ਹੁੰਦੀ ਹੈ ਜਾਂ ਜਿਸਦੇ ਪਤੀ ਦੀ ਮੌਤ ਹੋ ਚੁੱਕੀ ਹੁੰਦੀ ਹੈ, ਉਸ ਔਰਤ ਨੂੰ ਵਿਡੋ ਕਹਿੰਦੇ ਆ, ਠੀਕ ਹੈ ਜੀ। ਤਾਂ ਹੁਣ ਤੁਸੀਂ ਸੋਚ ਕੇ ਦੱਸੋ ਕਿ ਦੁਨੀਆਂ ਦੀ ਸਾਰੀਆਂ ਮਾਂ ਕੀ ਵਿਡੋ ਹੁੰਦੀਆਂ? ਨਹੀਂ, ਸਾਰੀਆਂ ਮਾਵਾਂ ਦੇ ਪਤੀ ਯਾਨੀ ਕਿ ਸਾਰੇ ਬੱਚਿਆਂ ਦੇ ਫਾਦਰਸ ਦੀ ਡੈਥ ਤਾਂ ਨਹੀਂ ਹੋਈ ਹੁੰਦੀ ਨਾ, ਠੀਕ ਹੈ। ਤਾਂ ਇਸਦਾ ਮਤਲਬ ਕੁਛ ਮਾਵਾਂ ਇੱਦਾਂ ਦੀਆਂ ਜਿਨ੍ਹਾਂ ਦੇ ਪਤੀ ਦੀ ਡੈਥ ਹੋਈ ਹੁੰਦੀ ਹੈ। ਉਵੇਂ ਹੀ ਉਲਟ ਵੀ ਕਹਿ ਸਕਦੇ ਹਾਂ ਕਿ ਦੁਨੀਆਂ ਵਿੱਚ ਕੁਛ ਇੱਦਾਂ ਦੀਆਂ ਵਿਡੋਜ਼ ਹੈ ਜਿਹੜੀਆਂ ਮਾਵਾਂ ਹੁੰਦੀਆਂ। ਜ਼ਰੂਰੀ ਨਹੀਂ ਹਰ ਵਿਡੋ ਮਾਂ ਹੋਵੇ, ਕਈ ਇੱਦਾਂ ਦੀਆਂ ਵਿਮੈਨਸ ਹੈ ਇਸ ਦੁਨੀਆਂ ਵਿੱਚ, ਕਈ ਔਰਤਾਂ ਇੱਦਾਂ ਦੀਆਂ ਜਿਨ੍ਹਾਂ ਨੇ ਬੱਚਾ ਬੇਬੀ ਪੈਦਾ ਨਹੀਂ ਕੀਤਾ ਹੁੰਦਾ, ਫਿਰ ਉਹ ਮਾਂ ਨਹੀਂ ਹੋਈ ਨਾ, ਹੈ ਨਾ। ਤਾਂ ਇਸਦਾ ਮਤਲਬ ਦੋਵਾਂ ਵਿੱਚ ਕੁਛ ਕੁਛ ਹੈ। ਤਾਂ ਉਸ ਕੁਛ ਕੁਛ ਨੂੰ ਆਪਾਂ ਕੀ ਕਹਿੰਦੇ ਹਾਂ? ਸਮ, ਠੀਕ ਹੈ। ਪੂਰੇ ਨੂੰ ਆਲ ਕਹਿੰਦੇ ਹਾਂ, ਥੋੜੇ ਹਿੱਸੇ ਨੂੰ ਸਮ ਕਹਿੰਦੇ ਹਾਂ, ਇਹ ਤਾਂ ਇੰਗਲਿਸ਼ ਦੀ ਟਰਮੀਨੋਲੋਜੀ ਹੈ। ਤਾਂ ਦੋਵਾਂ ਦੇ ਵਿੱਚ ਕੁਛ ਕੁਛ ਹਿੱਸਾ ਹੈ, ਤਾਂ ਦੋਵਾਂ ਦਾ ਕੁਛ ਹਿੱਸਾ ਆਪਾਂ ਕਾਮਨ ਰੱਖਿਆ ਆਰਾ ਪਾਰਟ। ਆ ਜਿਹੜਾ ਕਾਮਨ ਪਾਰਟ ਹੈ ਉਹ ਕੁਛ ਹਿੱਸਾ ਹੈ ਜਿਹਦੇ ਵਿੱਚ ਉਹ ਮਾਵਾਂ ਹੈ ਜਿਹੜੀਆਂ ਵਿਡੋਜ਼ ਹੈ ਜਾਂ ਉਹ ਵਿਡੋ ਔਰਤਾਂ ਜਿਹੜੀਆਂ ਮਾਂ ਹੈਗੀਆਂ, ਠੀਕ ਹੈ ਜੀ। ਹੁਣ ਗੱਲ ਆਈ ਤੀਜੀ ਦੀ, ਵੁਮੈਨ ਦੀ। ਵੁਮੈਨ, ਸਾਰੀਆਂ ਮਾਵਾਂ ਔਰਤਾਂ ਹੁੰਦੀਆਂ, ਬਿਲਕੁਲ ਔਰਤ ਨੂੰ ਹੀ ਮਾਂ ਕਹਿੰਦੇ ਹੈ, ਹਨਾ। ਮੁੰਡੇ ਨੂੰ ਜਾਂ ਮੇਲ ਨੂੰ ਤਾਂ ਆਪਾਂ ਪਾਪਾ ਕਹਿੰਦੇ ਹਾਂ, ਹਨਾ, ਫਾਦਰ ਕਹਿੰਦੇ ਹਾਂ। ਤਾਂ ਸਾਰੀਆਂ ਔਰਤਾਂ ਹੀ ਮਾਂ ਹੁੰਦੀਆਂ, ਉਵੇਂ ਸਾਰੀਆਂ ਔਰਤਾਂ ਨੂੰ ਹੀ ਵਿਡੋ ਕਹਿੰਦੇ ਹਾਂ ਜੇਕਰ ਉਹਨਾਂ ਦੇ ਪਤੀ ਦੀ ਡੈਥ ਹੋ ਚੁੱਕੀ ਹੋਵੇ, ਮੌਤ ਹੋ ਚੁੱਕੀ ਹੋਵੇ। ਜੇ ਕਿਸੇ ਹਸਬੈਂਡ ਦੇ ਜਾਂ ਕਿਸੇ ਮਰਦ ਦੇ ਮੇਲ ਦੀ ਵਾਈਫ ਦੀ ਡੈਥ ਹੋ ਗਈ ਹੋਵੇ ਤਾਂ ਉਹਨੂੰ ਵਿਡੋ ਨਹੀਂ ਕਹਿੰਦੇ, ਉਹਨੂੰ ਵਿਡੋਅਰ ਕਹਿੰਦੇ, ਠੀਕ ਹੈ ਜੀ। ਉਹਦੇ ਲਈ ਇੱਕ ਅਲੱਗ ਇੰਗਲਿਸ਼ ਦਾ ਵਰਡ ਹੈ। ਤਾਂ ਕੀ ਗੱਲ ਹੋਈ, ਸਾਰੀਆਂ ਮਾਵਾਂ ਔਰਤਾਂ ਹੁੰਦੀਆਂ, ਸਾਰੀਆਂ ਵਿਡੋਜ਼ ਉਹ ਔਰਤਾਂ ਜਿਨ੍ਹਾਂ ਦੇ ਹਸਬੈਂਡ ਦੀ ਡੈਥ ਹੋ ਚੁੱਕੀ ਹੁੰਦੀ ਹੈ ਉਹ ਵੀ ਔਰਤਾਂ ਹੀ ਹੁੰਦੀਆਂ ਸਾਰੀਆਂ।
ਤਾਂ ਇਸਦਾ ਮਤਲਬ ਇਹ ਦੋਵੇਂ ਦੇ ਦੋਵੇਂ ਪੂਰੇ ਦਾ ਪੂਰੇ ਤਿੰਨ ਨੰਬਰ ਚੱਕਰ ਦੇ ਅੰਦਰ ਆਉਣਗੇ। ਠੀਕ ਹੈ, ਤਿੰਨ ਨੰਬਰ ਚੱਕਰ ਕਿੰਦਾ ਵਿਮਨ ਦਾ, ਇਹ ਦੋਵੇਂ ਪੂਰੇ ਦੇ ਪੂਰੇ ਇਸ ਵੁਮਨ ਦੇ ਅੰਦਰ ਆਉਣਗੇ, ਕਿਉਂਕਿ ਮਦਰਸ ਸਾਰੀਆਂ ਔਰਤਾਂ ਹੁੰਦੀਆਂ, ਵਿਡੋ ਸਾਰੀਆਂ ਔਰਤਾਂ ਹੁੰਦੀਆਂ। ਇਸ ਕਰਕੇ ਇਹਨਾਂ ਦੋਵਾਂ ਦੇ ਚੱਕਰਾਂ ਨੂੰ ਮੈਂ ਤਿੰਨ ਦੇ ਅੰਦਰ ਦਿਖਾਇਆ। ਠੀਕ ਹੈ ਜੀ, ਤਾਂ ਐਗਜ਼ਾਮਪਲ ਕੀ ਸੀ? ਮਦਰਸ, ਵਿਡੋ ਤੇ ਵਿਮਨ। ਟਾਈਪ ਕੀ ਹੈ? ਪੰਜ ਹੈ, ਆਲ ਆਲ ਸਮ। ਮਤਲਬ ਕਹਿਣ ਦਾ ਕਿ ਪਹਿਲਾ ਨੰਬਰ ਚੱਕਰ ਮਾਂ ਸਾਰੀਆਂ ਔਰਤਾਂ ਹੁੰਦੀਆਂ, ਤਾਂ ਇਸ ਕਰਕੇ ਮਾਂ ਨੂੰ ਤਿੰਨ ਨੰਬਰ ਦੇ ਅੰਦਰ ਦਿਖਾਇਆ, ਤਾਂ ਇਸ ਦਾ ਮਤਲਬ ਇਹਦਾ ਰਿਲੇਸ਼ਨ ਆਲ ਬਿਲਕੁਲ ਸੈੱਟ ਹੈ। ਦੂਜਾ ਹੈਗਾ ਵਿਡੋ, ਸਾਰੀਆਂ ਔਰਤਾਂ ਦੇ ਹੀ ਪਤੀ ਜੇਕਰ ਡੈਥ ਹੋ ਜਾਣ ਤਾਂ ਵਿਡੋ ਕਹਿਲਾਉਂਦੀਆਂ, ਤਾਂ ਇਸਦਾ ਮਤਲਬ ਸਾਰੀਆਂ ਦੀਆਂ ਸਾਰੀਆਂ ਵਿਡੋਜ ਔਰਤਾਂ ਹੀ ਹੁੰਦੀਆਂ, ਤਾਂ ਸਾਰਾ ਦੂਜੇ ਦਾ ਦੂਜਾ ਚੱਕਰ ਤਿੰਨ ਨੰਬਰ ਦੇ ਅੰਦਰ ਹੈ, ਤਾਂ ਇਸਦਾ ਮਤਲਬ ਇਹਦਾ ਰਿਸ਼ਤਾ ਵੀ ਕੀ ਹੋ ਗਿਆ? ਔਲ ਦਾ। ਹੁਣ ਦੋਵੇਂ ਚੀਜ਼ਾਂ ਜਿਹੜੀਆਂ ਹੈਗੀਆਂ ਦੋਵਾਂ ਦਾ ਆਪਸ ਵਿੱਚ ਕੁਛ ਹਿੱਸਾ ਸਾਂਝਾ। ਹੁਣ ਦੁਨੀਆਂ ਵਿੱਚ ਕੁਛ ਮਾਵਾਂ ਏਦਾਂ ਦੀਆਂ ਜਿਨ੍ਹਾਂ ਦੇ ਹਸਬੈਂਡ ਦੀ ਡੈਥ ਹੋ ਚੁੱਕੀ ਹੈ, ਵਿਡੋਜ਼ ਹੈ, ਜਾਂ ਕੁਛ ਵਿਡੋਜ਼ ਏਦਾਂ ਦੀਆਂ ਜਿਹੜੀਆਂ ਮਾਵਾਂ ਹੈ, ਤਾਂ ਕੁਛ ਪਰਸੈਂਟੇਜ ਲਈ ਉਹਨਾਂ ਦਾ ਕਾਮਨ ਰੱਖਿਆ ਕੁਛ ਹਿੱਸਾ, ਤਾਂ ਉਹਨੂੰ ਆਪਾਂ ਸਮ ਕਿਹਾ, ਯਾਨੀ ਕਿ ਪਹਿਲੇ ਤੇ ਦੂਜੇ ਦੇ ਵਿਚਕਾਰ ਕਿਹੜਾ ਰਿਸ਼ਤਾ ਹੈ? ਸਮ ਦਾ, ਕੁਛ ਚੀਜ਼ ਸਾਂਝੀ ਹੈ। ਠੀਕ ਹੈ ਜੀ, ਇਸਦਾ ਮਤਲਬ ਜਿਹੜੇ ਇੱਥੇ ਆਪਾਂ ਟਾਈਪ ਬਣਾਈ ਹੈ ਆਲ ਆਲ ਸਮ, ਉਹ ਇੱਥੇ ਬਿਲਕੁਲ ਫਿੱਟ ਬੈਠਦੀ ਹੈ। ਪਹਿਲੇ ਦੇ ਤੀਜੇ ਦਾ ਰਿਸ਼ਤਾ ਆਲ ਦਾ, ਦੂਜੇ ਦੇ ਤੀਜੇ ਦਾ ਰਿਸ਼ਤਾ ਆਲ ਦਾ, ਪਰ ਪਹਿਲੇ ਦੇ ਦੂਜੇ ਦਾ ਆਪਸ ਦਾ ਰਿਸ਼ਤਾ ਕੁਛ ਕਾਮਨ ਹੈ ਤਾਂ ਸਮ ਦਾ, ਤਾਂ ਇਸਦਾ ਮਤਲਬ ਇਹ ਐਗਜ਼ਾਮਪਲ ਬਿਲਕੁਲ ਸਹੀ ਬੈਠਦੀ ਹੈ। ਠੀਕ ਹੈ ਜੀ, ਸਮਝ ਆਈ ਗੱਲ? ਬਹੁਤ ਸੌਖੀ ਸੀ, ਹੈ ਨਾ? ਆਮ ਚੀਜ਼ ਆਪਾਂ ਦੇਖਦੇ ਹਾਂ, ਪਰ ਉਹਨਾਂ ਨੂੰ ਕਦੀ ਆਪਾਂ ਇਸ ਤਰ੍ਹਾਂ ਦੀ ਡਾਇਗ੍ਰਾਮਸ ਨਾਲ ਐਨਾਲਾਈਜ਼ ਨਹੀਂ ਕਰਦੇ ਨਾ, ਤਾਂ ਇਹਦੇ ਨੂੰ ਮੈਂਟਲ ਅਬਿਲਿਟੀ ਕਹਿੰਦੇ ਕਿ ਸੋਚਣਾ। ਇੱਕ ਵਾਰ ਏਦਾਂ ਦੇ ਕੁਐਸਚਨ ਆਪਾਂ ਨੂੰ ਸੋਚਣਾ ਪੈਂਦਾ, ਇੱਕ ਵਾਰ ਏਦਾਂ ਦਾ ਕੁਐਸਚਨ ਦੇ ਕੇ ਆਪਾਂ ਸੋਚ ਵਿੱਚ ਪੈ ਜਾਂਦੇ ਹਾਂ, ਇਸੇ ਕਰਕੇ ਇਹਨੂੰ ਮੈਂਟਲ ਅਬਿਲਿਟੀ ਦਾ ਪਾਰਟ ਬਣਾਇਆ। ਠੀਕ ਹੈ ਜੀ, ਹੁਣ ਅਗਲੀ ਐਗਜ਼ਾਮਪਲ ਸੋਚੋ ਤੇ ਦੱਸੋ ਮੈਨੂੰ। ਹੁਣ ਸੈਕਿੰਡ ਐਗਜ਼ਾਮਪਲ ਹੈਗੀ ਹੈ, ਇੱਕ ਨੰਬਰ ਤੇ ਹੈਗਾ ਆਪਣੇ ਕੋਲ ਟੀਚਰਸ ਜਿਵੇਂ ਕਿ ਮੈਂ, ਦੂਜੇ ਤੇ ਹੈਗਾ ਪੋਸਟ ਗ੍ਰੈਜੂਏਟਸ। ਕੀ ਹੁੰਦਾ ਪੋਸਟ ਗ੍ਰੈਜੂਏਟਸ? ਜਿੰਨੀ ਦੇਰ ਤੱਕ ਮੈਂ ਲਿਖਦੀ ਹਾਂ ਤੁਸੀਂ ਫਟਾਫਟ ਕਮੈਂਟ ਕਰਕੇ ਦੱਸੋ। ਤਿੰਨ ਨੰਬਰ ਤੇ ਹੈਗਾ ਹਿਊਮਨ ਬੀਂਗਸ। ਹੁਣ ਦੇਖਣ ਚ ਤਾਂ ਬਹੁਤ ਸੌਖਾ ਲੱਗਦਾ ਹੈ, ਕਾਮਨ ਵਰਡਸ ਹੈ, ਪਰ ਜਦੋਂ ਆਪਾਂ ਇਹਨਾਂ ਦੀ ਇਸ ਤਰ੍ਹਾਂ ਦੀ ਵੈਨ ਡਾਇਗ੍ਰਾਮ ਕ੍ਰੀਏਟ ਕਰੇ, ਫਿਰ ਇੱਕ ਵਾਰ ਸੋਚਣਾ ਪੈਂਦਾ ਕਿ ਕਿੰਦੇ ਨਾਲ ਕਿੱਦਾਂ ਦਾ ਰਿਲੇਸ਼ਨ ਹੈ। ਆਓ ਦੇਖੀਏ, ਪਹਿਲਾਂ ਟੀਚਰਸ, ਪਹਿਲਾ ਨੰਬਰ ਸਰਕਲ ਟੀਚਰਸ ਦਾ, ਜਿਵੇਂ ਕਿ ਮੈਂ ਇੱਕ ਟੀਚਰ। ਦੂਜੇ ਨੰਬਰ ਤੇ ਪੋਸਟ ਗ੍ਰੈਜੂਏਟਸ, ਦੂਜਾ ਸਰਕਲ ਪੋਸਟ ਗ੍ਰੈਜੂਏਟਸ ਦਾ। ਪੋਸਟ ਗ੍ਰੈਜੂਏਟਸ ਦਾ ਮਤਲਬ ਕਿ ਉਹ ਇਨਸਾਨ ਜਿਹਨੇ BA ਤੋਂ ਉੱਪਰ, ਮਤਲਬ ਪੋਸਟ ਗ੍ਰੈਜੂਏਟ ਡਿਗਰੀ, ਮਤਲਬ ਕਿਸੇ ਵੀ ਸਬਜੈਕਟ ਚ ਮਾਸਟਰੀ ਕੀਤੀ ਹੈ, ਕਿਸੇ ਵੀ ਸਬਜੈਕਟ ਦੀ ਮਾਸਟਰੀ ਨੂੰ ਪੋਸਟ ਗ੍ਰੈਜੂਏਟ ਕਹਿੰਦੇ ਆ, ਜਿਵੇਂ MSc ਮੈਥ, MSc ਫਿਜ਼ਿਕਸ, MA ਇੰਗਲਿਸ਼, ਜਾਂ MSc MCOM, ਠੀਕ ਹੈ ਜੀ, ਮਾਸਟਰਸ ਆਫ ਕੰਪਿਊਟਰ ਸਾਇੰਸ। ਤਾਂ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਦੀ ਮਾਸਟਰੀ ਨੂੰ ਆਪਾਂ ਪੋਸਟ ਗ੍ਰੈਜੂਏਟ ਕਹਿੰਦੇ ਹਾਂ, ਉਸ ਬੰਦੇ ਨੂੰ ਕਿ ਇਸ ਬੰਦੇ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ। ਠੀਕ ਹੈ ਜੀ, ਅੱਗੇ ਹੈ ਹਿਊਮਨ ਬੀਂਗਸ, ਇਨਸਾਨ।
ਹੁਣ ਇਹ ਤਿੰਨਾਂ ਵਿੱਚ ਰਿਸ਼ਤਾ ਦੇਖੀਏ ਕਿ ਜੋ ਆਪਣੀ ਪਹਿਲੀ ਵੈਨ ਡਾਇਗ੍ਰਾਮ ਸੀ ਕੀ ਉਹ ਇੱਥੇ ਠੀਕ ਬੈਠਦੀ ਹੈ। ਆਓ ਚੈੱਕ ਕਰੀਏ ਟੀਚਰਸ ਤੇ ਪੋਸਟ ਗ੍ਰੈਜੂਏਟਸ ਦਾ ਪਹਿਲਾਂ ਆਪਸ ਵਿੱਚ ਦੇਖੀਏ। ਹੁਣ ਜਿਹੜੇ ਟੀਚਰਸ ਹੁੰਦੇ ਆ ਯਾਨੀ ਕਿ ਮੈਂ, ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ MSc ਮੈਥ ਕੀਤੀ ਹੋਈ ਹੈ ਤਾਂ ਮੈਂ ਇੱਕ ਟੀਚਰ ਵੀ ਹਾਂ, ਮੈਂ ਪੋਸਟ ਗ੍ਰੈਜੂਏਟ ਵੀ ਹਾਂ, ਠੀਕ ਹੈ। ਪਰ ਇਸ ਦੁਨੀਆਂ ਦੇ ਸਾਰੇ ਟੀਚਰਸ ਪੋਸਟ ਗ੍ਰੈਜੂਏਟਸ ਹੁੰਦੇ ਆ? ਨਹੀਂ। ਤੁਸੀਂ ਦੇਖੋਗੇ ਕਈ ਟੀਚਰ ਸਿਰਫ ਡਿਪਲੋਮਾ ਦੇ ਬੇਸ ਤੇ ਲੱਗੇ ਹੁੰਦੇ ਆ, ਕਈ ਟੀਚਰਸ ਵੋਕੇਸ਼ਨਲ ਹੁੰਦੇ ਆ। ਤਾਂ ਹਰ ਕੈਟਾਗਰੀ ਦੇ ਟੀਚਰਸ ਹੈ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰ ਟੀਚਰ ਪੋਸਟ ਗ੍ਰੈਜੂਏਟਸ ਹੁੰਦਾ। ਟੀਚਰ ਦਾ ਮਤਲਬ ਕੀ ਹੁੰਦਾ? ਪੜ੍ਹਾਉਣ ਵਾਲਾ। ਹੁਣ ਤੁਸੀਂ ਦੇਖੋਗੇ ਕਈ ਟੀਚਰਸ ਟਿਊਸ਼ਨਸ ਪੜ੍ਹਾਉਂਦੇ ਆ, ਸਿਰਫ 10th ਤੋਂ ਬਾਅਦ ਹੀ ਟਿਊਸ਼ਨਸ ਕਰਨ ਲੱਗ ਜਾਂਦੇ ਆ। ਉਹ ਸਟੂਡੈਂਟਸ ਲਈ ਤਾਂ ਉਹ ਵੀ ਇੱਕ ਟੀਚਰ ਹੈ, ਪਰ ਉਹਨੇ ਹਲੇ ਪੋਸਟ ਗ੍ਰੈਜੂਏਸ਼ਨ ਡਿਗਰੀ ਨਹੀਂ ਕੀਤੀ, ਕਿਸੇ ਸਬਜੈਕਟ 'ਚ ਮਾਸਟਰੀ ਨਹੀਂ ਕੀਤੀ, ਉਹ ਕੀ ਪਤਾ ਹਲੇ ਖੁਦ ਪੜ੍ਹਦਾ ਹੋਵੇ, ਹੈ ਨਾ। ਤਾਂ ਇਸਦਾ ਮਤਲਬ ਸਾਰੇ ਟੀਚਰਸ ਪੋਸਟ ਗ੍ਰੈਜੂਏਟਸ ਨਹੀਂ ਹੋ ਸਕਦੇ। ਉਵੇਂ ਸਾਰੀ ਦੁਨੀਆਂ ਵਿੱਚ ਜਿਹੜੇ ਇਨਸਾਨ ਹੈ ਜਿਨ੍ਹਾਂ ਨੇ ਮਾਸਟਰੀ ਕੀਤੀ ਹੈ, ਉਹ ਸਾਰੇ ਦੇ ਸਾਰੇ ਟੀਚਰਸ ਨਹੀਂ ਹੋ ਸਕਦੇ। ਅਲੱਗ ਅਲੱਗ ਪ੍ਰੋਫੈਸ਼ਨ 'ਚ ਕੋਈ ਲਾਇਰ ਹੈ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਹੈ ਨਾ। ਤਾਂ ਇਸਦਾ ਮਤਲਬ ਦੋਵਾਂ ਵਿੱਚ ਕੁਛ ਹਿੱਸਾ ਕਾਮਨ ਹੈ ਤਾਂ ਉਹ ਹਿੱਸਾ ਆਮ ਹੈ, ਯਾਨੀ ਕਿ ਦੋਵਾਂ ਵਿੱਚ ਸਮ ਦਾ ਰਿਸ਼ਤਾ ਹੈ, ਕੁਛ ਕਾਮਨ ਚੀਜ਼ ਹੈ, ਠੀਕ ਹੈ। ਤੀਜਾ ਹਿਊਮਨ ਬੀਂਗਸ। ਹੁਣ ਸਾਰੇ ਦੇ ਸਾਰੇ ਟੀਚਰਸ ਯਾਨੀ ਕਿ ਦੁਨੀਆਂ ਵਿੱਚ ਜਿੰਨੇ ਵੀ ਅਧਿਆਪਕ ਹੈ ਉਹ ਸਾਰੇ ਇਨਸਾਨ ਹੈ, ਤਾਂ ਇਸਦਾ ਮਤਲਬ ਸਾਰੇ ਦੇ ਸਾਰੇ ਟੀਚਰਸ ਇਨਸਾਨ ਹੁੰਦੇ ਆ, ਤਾਂ ਪਹਿਲਾ ਚੱਕਰ ਸਾਰੇ ਦਾ ਸਾਰਾ ਤੀਜੇ ਦੇ ਅੰਦਰ ਬਣਾਇਆ। ਦੂਜਾ ਪੋਸਟ ਗ੍ਰੈਜੂਏਟਸ, ਜਿਹੜੇ ਇਨਸਾਨਾਂ ਨੇ ਮਾਸਟਰੀ ਡਿਗਰੀ ਕੀਤੀ ਹੈ ਉਹ ਸਾਰੇ ਦੇ ਸਾਰੇ ਉਹ ਵੀ ਇਨਸਾਨ ਹੀ ਹੁੰਦੇ ਆ, ਤਾਂ ਇਸ ਕਰਕੇ ਦੋ ਨੰਬਰ ਚੱਕਰ ਵੀ 3 ਨੰਬਰ ਦੇ ਅੰਦਰ ਬਣਾਇਆ, ਠੀਕ ਹੈ ਜੀ। ਤਾਂ ਯਾਨੀ ਕਿ ਇੱਥੇ ਪਹਿਲਾ ਔਲ ਪਹਿਲਾ ਤੀਜੇ ਦੇ ਅੰਦਰ ਹੈ ਸਾਰਾ, ਦੂਜਾ ਔਲ ਦੂਜਾ ਵੀ ਤੀਜੇ ਦੇ ਅੰਦਰ ਹੈ ਸਾਰਾ, ਸਮ ਪਹਿਲੇ ਤੇ ਦੂਜੇ ਦਾ ਕੁਛ ਹਿੱਸਾ ਕਾਮਨ ਹੈ, ਤਾਂ ਇਸਦਾ ਮਤਲਬ ਜਿਹੜੀ ਆਪਾਂ ਐਗਜ਼ਾਮਪਲ ਦੂਜੀ ਲਿੱਤੀ ਹੈ ਟੀਚਰਸ ਪੋਸਟ ਗ੍ਰੈਜੂਏਟਸ ਹਿਊਮਨ ਬੀਂਗਸ ਇਸ ਵੈਨ ਡਾਇਗ੍ਰਾਮ ਟਾਈਪ ਨੰਬਰ 5 ਤੇ ਬਿਲਕੁਲ ਫਿੱਟ ਬੈਠਦੀ ਹੈ, ਹੈ ਨਾ, ਸਮਝ ਆਈ। ਤਾਂ ਹੁਣ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਨੂੰ ਅੱਜ ਦੀ ਟਾਈਪ ਨੰਬਰ 5 ਵੈਨ ਡਾਇਗ੍ਰਾਮ ਸੀ ਸਮਝ ਆ ਗਈ ਹੋਗੀ। ਜਿਸਨੇ ਇਸ ਤੋਂ ਪਹਿਲਾਂ ਵਾਲੀਆਂ 4 ਟਾਈਪਸ ਨਹੀਂ ਦੇਖੀਆਂ ਵੀਡੀਓਸ, ਮੈਂ ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਦੂੰਗੀ, ਕਾਰਡਸ ਵੀ ਤੁਹਾਨੂੰ ਉੱਪਰ ਦਿਖ ਰਹੇ ਹੋਣਗੇ, ਪਲੀਜ਼ ਗੋ ਐਂਡ ਚੈੱਕ ਆਊਟ। ਵਾਰੀ ਹੈ ਤੁਹਾਡੇ ਹੋਮਵਰਕ ਦੀ। ਹੋਮਵਰਕ ਕੀ ਹੈ ਕਿ ਤੁਸੀਂ ਇਸ ਟਾਈਪ ਨਾਲ ਰਿਲੇਟਿਡ ਘੱਟੋ ਘੱਟ 5 ਐਗਜ਼ਾਮਪਲਸ, 5th ਟਾਈਪ ਹੈ ਤੇ 5 ਐਗਜ਼ਾਮਪਲਸ ਤੁਸੀਂ ਸਰਚ ਕਰਨੀ ਹੈ, ਸੋਰਸ ਚਾਹੇ ਆਨਲਾਈਨ ਹੋਵੇ ਚਾਹੇ ਬੁੱਕਸ ਹੋਵੇ, ਸਰਚ ਕਰੋ, ਚੈੱਕ ਕਰੋ, ਦੇਖੋ ਕਿ ਇਹ ਟਾਈਪ ਉੱਤੇ ਬੈਠਦੀ ਹੈ ਫਿੱਟ ਕੇ ਨਹੀਂ, ਠੀਕ ਹੈ ਜੀ। ਤੇ ਸਾਨੂੰ ਕਮੈਂਟਸ 'ਚ ਦੱਸੋ, ਠੀਕ ਹੈ। ਜਾਣ ਤੋਂ ਪਹਿਲਾਂ ਪਲੀਜ਼ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ, ਇਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲੋ। ਤੁਹਾਡੀ ਇੱਕ ਸਬਸਕ੍ਰਿਪਸ਼ਨ ਸਾਨੂੰ ਬਹੁਤ ਮੋਟੀਵੇਸ਼ਨ ਦਿੰਦੀ ਹੈ। Thank you. Have a nice day.